ਇਸ ਤਰ੍ਹਾਂ ਨਿਹੰਗ ਸਿੰਘਾਂ ਦਾ ਪੰਥ, ਜਿਹੜੇ ਸੂਰਬੀਰ, ਨਿਹੰਗ ਦਾ ਮਤਲਬ ਹੁੰਦਾ ਮਗਰਮੱਛ। ਇਹ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਨਿਹੰਗ ਸ਼ਬਦ ਵਰਤਿਆ। ਭਾਈ ਨੰਦ ਲਾਲ ਜੀ ਲਿਖਦੇ ਆ, ਬਹਿਰੇ ਤਹਾਰ ਦਮਿੰਦਾ ਨਿਹੰਗ, ਬਹਿਰੇ ਕਹਿੰਦੇ ਸਮੁੰਦਰ ਨੂੰ, ਤੇ ਤਹਾਰ ਜੰਗ ਦਾ, ਕਹਿੰਦੇ ਜਿਵੇਂ ਪਾਣੀ ਦੇ ਵਿੱਚ ਸਮੁੰਦਰ ਚ ਮਗਰਮੱਛ ਰਹਿੰਦਾ, ਮਗਰਮੱਛ ਨੂੰ ਨਿਹੰਗ ਕਹਿੰਦੇ ਫਾਰਸੀ ਵਿੱਚ, ਜਿਵੇਂ ਪਾਣੀ ਦੇ ਵਿੱਚ ਮਗਰਮੱਛ ਰਹਿੰਦਾ ਉਹ ਸਭ ਤੋਂ ਤਾਕਤਵਰ ਹੁੰਦਾ। ਪਾਣੀ ਦੀ ਸਭ ਤੋਂ ਤਾਕਤ ਕਿਹਦੇ ਚ ਹੁੰਦੀ ਹੈ? ਪਾਣੀ ਦੇ ਜੀਵ ਤਾਂ ਬੜੇ ਨੇ, ਪਰ ਕਹਿੰਦੇ ਮਗਰਮੱਛ ਦਾ ਬਰਾਬਰੀ ਨਹੀਂ ਹੁੰਦੀ। ਤੇ ਇਹ ਵੀ ਬਚਨ ਆਉਂਦਾ ਵੀ ਆਪਾਂ ਕਹਾਵਤ ਸੁਣੀ ਹੈ ਵੀ ਪਾਣੀ ਚ ਰਹਿਣਾ ਤੇ ਮਗਰਮੱਛ ਨਾਲ ਦੁਸ਼ਮਣੀ ਕਰਨੀ, ਇਹ ਦੋਵੇਂ ਗੱਲਾਂ ਨਹੀਂ ਚੱਲਦੀਆਂ, ਕਿਉਂਕਿ ਉਹ ਡਾਢਾ। ਤੇ ਭਾਈ ਸਾਹਿਬ ਨੰਦ ਲਾਲ ਜੀ ਦਸਵੇਂ ਪਾਤਸ਼ਾਹ ਬਾਰੇ ਕਹਿੰਦੇ ਆ, ਬਹਿਰੇ ਤਹਾਰ ਦਮਿੰਦਾ ਨਿਹੰਗ, ਕਿ ਹੇ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਜੰਗ ਦੇ ਸਮੁੰਦਰ ਦੇ ਮਗਰਮੱਛ ਹੋ। ਜੰਗ ਦਾ ਸਮੁੰਦਰ, ਲੜਾਈ ਹੋਈ ਹੋ, ਗਹਿਰ ਜਗ੍ਹਾ ਚ ਲੜਾਈ ਹੋ ਰਹੀ ਹੋਵੇ, ਤੇ ਉਹਦੇ ਵਿੱਚ ਤੁਸੀਂ ਆ ਕੇ ਵੜ ਜਾਓ, ਤੇ ਜਿੱਧਰ ਤੁਸੀਂ ਮੂੰਹ ਕਰੋਗੇ ਨਾ ਉਧਰ ਸਫਾਈ ਹੋ ਜਾਏ। ਇਹ ਤਾਂ ਤੁਸੀਂ ਜਾਣਦੇ ਹੀ ਹੋ, ਕਲਗੀਧਰ ਇੱਕ ਤੀਰ ਮਾਰਦੇ ਸੀ ਦਸਾਂ ਚੋਂ ਪਾਰ ਲੰਘਾ ਦਿੰਦੇ ਸੀ, ਜਿੱਧਰ ਪਾਤਸ਼ਾਹ ਦੀ ਨਿਗਾਹ ਪੈਂਦੀ ਸੀ ਦੁਸ਼ਮਣ ਉੱਥੇ ਛਹਿ ਜਾਂਦੇ ਸੀ। ਚਮਕੌਰ ਦੇ ਜੰਗ ਵਿੱਚ ਜਦੋਂ ਨਾਹਰ ਖਾਨ ਨੂੰ ਮਹਾਰਾਜ ਨੇ ਤੀਰ ਮਾਰਿਆ ਤੇ ਗਨੀ ਖਾਨ ਨੇ ਵੇਖਿਆ ਵੀ ਇਹ ਹੁਣ ਮੇਰੇ ਲੱਗੇ, ਉਹਨੂੰ ਮਾਰਿਆ, ਦੋਵੇਂ ਮਾਰਤੇ, ਤੇ ਤੀਜਾ ਸੀਗਾ ਖਵਾਜ਼ਾ ਮਹਿਮੂਦ ਅਲੀ। ਉਹ ਕਹਿੰਦੇ ਚਮਕੌਰ ਸਾਹਿਬ ਦੀ ਜਿਹੜੀ ਕੰਧ ਸੀ ਨਾ, ਉਹਦੇ ਲਾਗੇ ਨਾਲੀ ਦੇ ਵਿੱਚ ਸਿਰ ਲੁਕਾ ਕੇ ਛਹਿ ਗਿਆ ਵੀ ਹੁਣ ਮੇਰਾ ਕੰਮ ਕਰ ਦੇਣਗੇ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਿਹੰਗ ਲਿਖਿਆ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਵਿੱਚ। ਅੱਜ ਕੱਲ੍ਹ ਕਈ ਕਹਿੰਦੇ ਨਿਹੰਗ ਤਾਂ ਐਵੇਂ ਤੁਰੇ ਫਿਰਦੇ ਆ, ਪਰ ਜੇ ਸਾਧ ਸੰਗਤ ਜੀ ਨਿਹੰਗਾਂ ਸਿੰਘਾਂ ਦਾ ਇਤਿਹਾਸ ਵੇਖੋਗੇ ਫਿਰ ਪਤਾ ਲੱਗੇਗਾ ਵੀ ਨਿਹੰਗ ਸਿੰਘਾਂ ਦਾ ਇਤਿਹਾਸ ਕੀ ਹੈ, ਨਿਹੰਗ ਸਿੰਘ ਦੇ ਅਰਥ ਕੀ ਹਨ। ਸਿੰਘ ਨਾਮ ਸ਼ੇਰ ਦਾ ਹੈ, ਨਿਹੰਗ ਨਾਮ ਮਗਰਮੱਛ ਦਾ ਹੈ। ਜਿਵੇਂ ਪਾਣੀ ਦੇ ਵਿੱਚ ਮਗਰਮੱਛ ਬਲਵਾਨ ਹੈ, ਧਰਤੀ ਦੇ ਸ਼ੇਰ ਬਲਵਾਨ ਹੈ, ਨਿਹੰਗ ਸਿੰਘ ਪਾਣੀ 'ਚ ਵੀ ਬਲਵਾਨ ਹੈ ਅਤੇ ਧਰਤੀ ਦੇ ਵੀ ਬਲਵਾਨ। ਸੋ ਇੱਦਾਂ ਨਿਹੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਆਪਾਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਸੀਸਗੰਜ ਸਾਹਿਬ, ਅਤੇ ਸੀਸਗੰਜ ਸਾਹਿਬ ਸੰਗਤਾਂ ਦਾ ਬਹੁਤ ਇਕੱਠ ਹੈ, ਅਤੇ ਆਪਾਂ ਤੁਹਾਨੂੰ ਬਲੌਗ 'ਚ ਦਿਖਾ ਰਹੇ ਹਾਂ ਗੁਰਦੁਆਰੇ ਦੇ ਦਰਸ਼ਨ ਕਰਾ ਰਹੇ ਹਾਂ, ਅਤੇ ਨਾਲ ਨਾਲ ਸੰਗਤਾਂ ਦੇ ਦਰਸ਼ਨ ਕਰਾ ਰਹੇ ਹਾਂ। ਸੰਗਤਾਂ ਦੇ ਦਰਸ਼ਨ ਬਹੁਤ ਬਹੁਤ ਵਧੀਆ ਦਰਸ਼ਨ ਕਰੋ ਤੁਸੀਂ ਅੱਜ। ਆਪਾਂ ਹੁਣ ਇੱਥੋਂ ਸੀਸਗੰਜ ਸਾਹਿਬ ਤੋਂ ਮਹੱਲਾ ਤੋਰਾਂਗੇ, ਅਤੇ ਮਹੱਲਾ ਜਾਏਗਾ ਬੰਗਲਾ ਸਾਹਿਬ, ਅਤੇ ਤੁਹਾਨੂੰ ਹੁਣ ਮਹੱਲੇ ਦੇ ਸਿੰਘਾਂ ਦੇ ਦਰਸ਼ਨ ਕਰਾਵਾਂਗੇ, ਅਤੇ ਨਾਲ ਨਾਲ ਬੰਗਲਾ ਸਾਹਿਬ ਗੁਰਦੁਆਰੇ ਦਰਸ਼ਨ ਕਰਾਵਾਂਗੇ। ਤੁਸੀਂ ਜੁੜੇ ਰਹੋ, ਵੀਡੀਓ ਦੇਖੀ ਜਾਓ, ਅਤੇ ਨਾਲ ਹੀ ਨਾਲ ਵੀਡੀਓ ਦੇਖਦੇ ਦੇਖਦੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਉ। ਲਓ ਜੀ ਸੰਗਤਾਂ ਦੇ ਕਰੋ ਦਰਸ਼ਨ, ਫੌਜਾਂ ਉਤਰ ਗਈਆਂ ਪੂਰੀਆਂ ਦਿੱਲੀ। ਸੀਤਾ ਸਿੰਘ ਚਰਨਾਂ ਦੇ ਮਨ ਨੂੰ ਆਹ
ਤੁਰਨ ਲੱਗਾ ਜੀ, ਕਰੋ ਦਰਸ਼ਨ ਮੇਲੇ, ਲਓ ਨਜ਼ਾਰੇ ਦਿੱਲੀ ਦੇ ਮਹੱਲਿਆਂ ਦੇ, ਅਕਾਲ ਕਰੋ ਨਿਸ਼ਾਨਾਂ ਦੇ ਦਰਸ਼ਨ, ਹੁਣੀ ਘੋੜਿਆਂ ਦੇ ਦਰਸ਼ਨ ਵੀ ਕਰਾਉਂਦੇ ਆ ਤੁਹਾਨੂੰ ਆਪਾਂ, ਫਿਰ ਕਰਿਓ ਘੋੜਿਆਂ ਦੇ ਦਰਸ਼ਨ ਵੀ। ਅੱਕਾ
ਅਕਾਲ ਲੋ ਜੀ ਮਹੱਲਾ ਤੁਰ ਪਿਆ ਜੀ ਹੁਣ ਤੁਹਾਨੂੰ ਕਰਾਉਂਦੇ ਆਪਾਂ ਘੋੜਿਆਂ ਦੇ ਦਰਸ਼ਨ ਅਤੇ ਪ੍ਰਤਾਪ ਸਾਡੀ ਲੱਗੀ ਹੋਈ ਆ ਮਹੱਲਾ ਦੇਖਣ ਪ੍ਰਤਾਪ ਦੇਖ ਅਕਾਲ ਅਕਾਲ ਆ ਘੋੜੇ ਆ ਗਏ ਪ੍ਰਤਾਪ ਲੋ ਜੀ ਕਰੋ ਦਿੱਲੀ ਮਹੱਲੇ ਦੇ ਦਰਸ਼ਨ ਉਹ ਚਲਾ ਨੂੰ ਓਏ ਚਲਾ ਨੂੰ ਓਏ ਘੋੜਾ ਆ ਗਿਆ ਘੋੜਾ ਕਰੋ ਦਰਸ਼ਨ ਮੇਲੇ ਸਿੰਘੋ ਕਰੋ ਦਰਸ਼ਨ ਮੇਲੇ ਲੋ ਜੀ ਸਾਡੀ ਪ੍ਰਤਾਪ ਕੌਰ ਬਹਿ ਗਈ ਆ ਘੋੜੇ ਤੇ ਸਤਿ ਸ਼੍ਰੀ ਅਕਾਲ ਲੜਨ ਤੋਂ ਔਰ ਮਰਨ ਤੋਂ ਅਸੀਂ ਮਨ ਦੇ ਵਿੱਚ ਸ਼ੰਕਾ ਨਹੀਂ ਰੱਖਦੇ ਨਾ ਲੜਨ ਤੋਂ ਡਰਦੇ ਹਾਂ ਤੇ ਨਾ ਹੀ ਮਰਨ ਤੋਂ ਡਰਦੇ ਹਾਂ ਜਾਨ ਦੀ ਬਾਜੀ ਦੇ ਉੱਤੇ ਖਾਲਸਾ ਖੇਡ ਖੇਡਦਾ ਹੈ ਜਦੋਂ ਜੰਗ ਲੜਦਾ ਖਾਲਸਾ ਉਦੋਂ ਇਹ ਨਹੀਂ ਵੇਖਦਾ ਕਿ ਮੈਂ ਆਪਣੀ ਜਾਨ ਬਚਾ ਕੇ ਮੁੜ ਜਾਵਾਂ ਬੱਚੇ ਪਾਲਣੇ ਨੇ ਪਰਿਵਾਰ ਪਾਲਣਾ ਜੇ ਮੈਂ ਮਰ ਗਿਆ ਪਿੱਛੇ ਕੀ ਹੋਵੇਗਾ ਕਹਿੰਦੇ ਜਦੋਂ ਲੜਦਾ ਉਦੋਂ ਬਸ ਇਹੀ ਸੋਚਦਾ ਹੈ ਕਿ ਜੰਗ ਦੇ ਮੈਦਾਨ ਵਿੱਚ ਲੜਦਾ ਲੜਦਾ ਮਰ ਭਵੇਂ ਜਾਵਾਂ ਪਰ ਇਸ ਰਣ ਦੇ ਮੈਦਾਨ ਦੇ ਵਿੱਚ ਬੈਰੀ ਦੇ ਕੋਲੋਂ ਪਿੱਠ ਨਹੀਂ ਵਿਖਾਉਣੀ ਹਾਂਜੀ
Let's go!
ਹਾਂਜੀ ਆਪਾਂ ਕਰ ਲਿਆ ਆਟੋ, ਹੁਣ ਬੰਗਲਾ ਸਾਹਿਬ ਤੋਂ ਨਿਕਲ ਰਹੇ ਹਾਂ ਜੀ ਅਤੇ ਜਾ ਰਹੇ ਹਾਂ ਸੀਸਗੰਜ ਸਾਹਿਬ ਆਪਾਂ ਅਤੇ ਸੀਸਗੰਜ ਸਾਹਿਬ ਹੁਣ ਫਤਿਹ ਕਰਾਂਗੇ। ਸਤਿ ਸ਼੍ਰੀ ਅਕਾਲ। ਹੈਲੋ, ਹੱਟ ਗਿਆ ਹੁਣ ਖਾਸ। ਲਓ ਜੀ ਆਪਾਂ ਹੁਣ ਪਹੁੰਚ ਗਏ ਹਾਂ ਸੀਸਗੰਜ ਸਾਹਿਬ ਅਤੇ ਅੱਜ ਦੇ ਵਲੋਗ ਵਿੱਚ ਆਪਾਂ ਤੁਹਾਨੂੰ ਦਿੱਲੀ ਮਹੱਲੇ ਦੇ ਦਰਸ਼ਨ ਕਰਾਏ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਕੱਢਿਆ ਜਾਂਦਾ ਹਰ ਸਾਲ ਦੀ ਤਰ੍ਹਾਂ। ਅਤੇ ਅੱਜ ਦਾ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਣਾ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ 'ਤੇ, ਵਧੀਆ ਜਿਹਾ ਵਲੋਗ ਲੈ ਕੇ ਆਵਾਂਗੇ ਅਗਲਾ ਵਲੋਗ, ਅਤੇ ਅਗਲੇ ਵਲੋਗ 'ਚ ਮਿਲਾਂਗੇ। ਓਕੇ, ਬਾਏ ਬਾਏ।